ਅਸ਼ੀਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਗਗਨ ਨਿਰਮਾਨ ਹੈਪੀ ਦੀਵਾਲੀ ਅੱਜ ਹੈਗੀ 28 ਅਕਤੂਬਰ ਯਾਨੀ ਕਿ ਘਰਦਿਆਂ ਨੇ ਅੱਜ ਜਾਣਾ ਆਪਣੇ ਘਰ ਸੋ 3 ਤਰੀਕ ਨੂੰ ਘਰਦੇ ਆਏ ਸੀ ਅੱਜ 28 ਨੂੰ ਉਹਨਾਂ ਦੀ ਵਾਪਸੀ ਆ 3 ਤੋਂ ਲੈ ਕੇ 28 ਤੱਕ ਆਪਾਂ ਤਾਂ ਰਸੋਈ 'ਚ ਜਮੀ ਨਹੀਂ ਬੜੇ ਫੁੱਲ ਮਤਲਬ ਰੋਟੀ ਪੱਖੋਂ ਤਾਂ ਮੈਂ ਕਿਹਾ ਬੈੱਡ 'ਤੇ ਬੈਠੇ ਹੋ ਇੰਡੀਆ ਵਾਲੀਆਂ ਗੱਲਾਂ ਬੈੱਡ 'ਤੇ ਬੈਠਿਆਂ ਨੂੰ ਰੋਟੀ ਬੈੱਡ 'ਤੇ ਬੈਠਿਆਂ ਨੂੰ ਚਾਹ ਹੁਣ ਕੱਲ੍ਹ ਤੋਂ ਪਤਾ ਨਹੀਂ ਕੀ ਹੋਇਆ ਕਰੂਗਾ ਫਿਰ ਟਿਮ ਹੋਟਲ ਸਟਾਰਟ ਹੋ ਜਾਣਾ ਮੈਨੂੰ ਤਾਂ ਲੱਗਦਾ ਹੁਣ ਤਾਂ ਮੈਂ ਮਹੀਨੇ 'ਚ 1-2 ਵਾਰ ਗਿਆ ਹੋਊਂਗਾ ਟਿਮ ਹੋਟਲ ਉਹ ਵੀ ਘਰਦਿਆਂ ਨੂੰ ਲੈ ਕੇ ਗਿਆ ਸੀਗਾ ਜੀ ਜੇ ਦੱਸਿਆ ਜਾਵੇ ਘਰਦਿਆਂ ਦਾ ਡੈਡੀ ਤਾਂ ਜੀ ਮੇਰੇ ਹਿਸਾਬ ਦਾ ਬਿਲਕੁਲ ਵੀ ਨਹੀਂ ਲੱਗਿਆ ਡੈਡੀ ਤਾਂ ਮੇਰਾ ਦਿਨ ਗਿਣਦਾ ਸੀ ਕਹਿੰਦਾ ਲੈ ਅੱਜ 4 ਰਹਿ ਗਏ 3 ਰਹਿ ਗਏ 2 ਅੱਜ ਡੈਡੀ ਆਪਣੇ ਆਪ ਸਵੇਰੇ ਉੱਠ ਕੇ ਨਹਾ ਵੀ ਲਿਆ ਕਹਿੰਦਾ ਛੇਤੀ ਛੇਤੀ ਤਿਆਰ ਹੋ ਮੰਮੀ ਨੂੰ ਕਹਿੰਦਾ ਹੈ ਨਾ ਅਤੇ ਮੰਮੀ ਵਿਚਾਰੀ ਅੱਜ ਜਾਣਾ ਸੀ ਤਾਂ ਵੀ ਸਵੇਰੇ ਉੱਠ ਕੇ ਰੋਟੀ ਰੋਟੀ ਬਣਾਈ ਆ ਦਾਲ ਦੁਲ ਬਣਾਈ ਆ ਹੈ ਨਾ ਅਤੇ ਪੁੱਛਦੀ ਸੀ ਮੰਮੀ ਕਹਿੰਦੀ ਕੰਮ ਨੂੰ ਰੋਟੀ ਪੈਕ ਕਰਾਂ ਬਸ ਉਹੀ ਹੈ ਨਾ ਮਾਮਾ ਦੀ ਤਾਂ ਉਹੀ ਗੱਲਾਂ ਹੁੰਦੀਆਂ ਅਤੇ ਉਹ ਆਪਣੇ ਡੈਡੀ ਨੂੰ ਬਾਹਲੀ ਕਾਲੀ ਇੰਡੀਆ ਜਾਣ ਦੀ ਯਾਰ ਮਿੱਤਰ ਬਾਹਲੇ ਮਿਸ ਕਰਦਾ ਡੈਡੀ ਆਪਣੇ ਇੱਥੇ ਤਾਂ ਕਿਉਂ ਮਹੀਨਾ ਹੋ ਗਿਆ ਅੰਦਰੇ ਬੈਠੇ ਉੱਠੇ ਰਹਿੰਦੇ ਨੇ ਅਤੇ ਠੰਡ ਜੀ ਹੋ ਰਹੀ ਆ ਬਾਹਰ ਘੱਟ ਚਲੋ ਜੀ ਫਿਲਹਾਲ ਤਾਂ ਮੈਂ ਖਾਂਦਾ ਰੋਟੀ ਹੈਂ ਖਾ ਤਾਂ ਲੈਣ ਦੋ ਹਲੇ ਹੋਰ ਮੰਮੀ ਫਿਰ ਜੀ ਕਰਦਾ ਜਾਣ ਨੂੰ ਕਿ ਨਾ ਸੱਚੀ ਕਿਆ ਜੀ ਲੱਗ ਗਿਆ ਸੀ ਡੈਡੀ ਦਾ ਚਲੋ ਵਧੀਆ ਹੈ ਸੇਫ ਜਰਨੀ ਇੱਦਾਂ ਜਾਂ ਤਾਂ ਨਹੀਂ ਹੋ ਰਿਹਾ ਮੰਮੀ ਵੀ ਹਾਂ ਜਾ ਰਹੀਆਂ ਪੁੱਤ ਪੁੱਤ ਵਾਲੀ ਉਹ ਫੀਲਿੰਗ ਆ ਰਹੀਆਂ ਸੱਚੀ ਰੱਖਾਂ ਇੱਧਰ ਨੂੰ ਕਰੀ ਮੈਨੂੰ ਤਾਂ ਜਮੀ ਨਹੀਂ ਹੋ ਰਹੀ ਯਾਰ ਮੈਨੂੰ ਜਮੀ ਨਹੀਂ ਹੋਇਆ ਤੁਸੀਂ ਵੀ ਜਿਵੇਂ ਇੱਦਾਂ ਜਾਂਦਾ ਤੁਸੀਂ ਜਾ ਰਹੇ ਹੋ ਕੋਈ ਇਮੋਸ਼ਨਲ ਜਿਹਾ ਹੋਣਾ ਹੁੰਦਾ ਖਾਤੋ ਹੈ ਡੈਡੀ ਨੂੰ ਤਾਂ ਜਮੀ ਵੀ ਨਹੀਂ ਡੈਡੀ ਤਾਂ ਆਇਆ ਸੀਗਾ ਹੈ ਨਾ ਓ ਮਾਈ ਗੋਡ ਟਾਈਮ ਬਾਅਦ ਸੱਚੇ ਰੋਣ ਲੱਗ ਗਈ ਹਾਂ ਮੰਮੀ ਹੁਣ ਨਹੀਂ ਰੋਣਾ ਚੰਗਾ ਪਹਿਲਾਂ ਮੰਮੀ ਰੋਣ ਲੱਗ ਗਈ ਵੀਡੀਓ 'ਚ ਚਲੋ ਠੀਕ ਆ ਓਕੇ ਬਾਏ ਬਾਏ ਠੀਕ ਆ ਬਾਏ ਬਾਕੀ ਫਿਰ ਮੈਂ ਹੁਣ ਵੀਡੀਓ ਨਹੀਂ ਬਣਾਉਣੀ ਆਪਾਂ ਉੱਥੇ ਆ ਕੇ ਬਣਾਵਾਂਗੇ ਓਕੇ ਜੀ ਡੈਡੀ ਬਾਏ ਬਾਏ ਕਿਵੇਂ ਲੱਗਿਆ ਕਿਵੇਂ ਲੱਗਿਆ ਡੈਡੀ ਕਨੇਡਾ ਮੇਰੇ ਵੀ ਉਂਗਲਾਂ ਦੇ ਦਿਨ ਕੱਟਣੇ ਡੈਡੀ ਨੇ ਹੈ ਚੱਲ ਚੱਲੀ ਆ ਜਾਓ ਆ ਜਾਓ ਜੀ ਸੀਟ ਦੱਸ ਦੋ ਮੈਂ ਅੱਗੇ ਕਰਦਾ ਥੋੜ੍ਹੀ ਮਾਰਕੀਟ ਸਾਹਿਬ ਫਿਰ ਲੱਭ ਹੀ ਲਏ ਤੁਹਾਨੂੰ ਤਾਂ ਦਿਖ ਨਹੀਂ ਰਹੇ ਹੋਣਗੇ ਕਹਿੰਦੇ ਮੈਂ ਟੋਕਰੀ ਲੱਭ ਕੇ ਟੋਕਰੀ ਸੋਚੋ ਕਾਰਟ ਲੱਭ ਕੇ ਲਿਆਉਣਾ ਹੈ ਨਾ ਹੋਰ ਮੰਮੀ ਫਿਰ ਮੈਂ ਆਉਣਾ ਠੀਕ ਹੈ ਜਨਵਰੀ 'ਚ ਠੀਕ ਆ ਬਣੀ ਰਹਿਣ ਫਿਰ ਮਿਲਦੇ ਆਪਾਂ ਓਕੇ ਡੈਡੀ ਹੋਰ ਕੋਈ ਗੱਲਬਾਤ ਹੋਰ ਕੁਛ ਦੱਸਣਾ ਹੋਵੇ ਹਾਂ ਕੈਨੇਡਾ ਬਾਰੇ ਵਧੀਆ ਘਟੀਆ ਚੀਜ਼ਾਂ ਬਹੁਤ ਵਧੀਆ ਕੁਛ ਕੋਈ ਹੋਰ ਖਾਮੀ ਖੂਮੀ ਕੁਛ ਵੀ ਦੱਸਣਾ ਹੋਵੇ ਕਮੀ ਤਾਂ ਕੋਈ ਨਹੀਂ ਹਾਂ ਵਧੀਆ ਚੀਜ਼ਾਂ ਕੀ ਨੇ ਇੱਥੇ ਦੀਆਂ ਬਹੁਤ ਵਧੀਆ ਸਫਾਈ ਸਫੂਈ ਸਫਾਈ ਆ ਇੱਕ ਹਾਂ ਹੋਰ ਖਾਣਾ ਪੀਣਾ ਵਧੀਆ ਖਾਣਾ ਪੀਣਾ ਵਧੀਆ ਹੋਰ ਹੋਰ ਇੱਥੇ ਆ ਕੇ ਤੁਹਾਨੂੰ ਬਿਮਾਰੀ ਬਿਮੂਰੀ ਤਾਂ ਮਤਲਬ ਉੱਦਾਂ ਸਿਰੇ ਦੁੱਖਣਾ ਇੱਕ ਦੁਆਰ ਸਿਰ ਦੁੱਖ ਇੱਕ ਹੋਰ ਤਾਂ ਨਹੀਂ ਕੁਛ ਹੈ ਨਾ 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 ਕੁਛ ਨਹੀਂ ਹਾਂ ਬਾਕੀ ਡੈਡੀ ਤਾਂ ਤੰਦਰੁਸਤ ਬੰਦਾ ਹੈ ਨਾ ਡੈਡੀ ਕੀ ਕਮੀ ਹੈ ਇੱਥੋਂ ਦੀ ਹੈਂ ਕੋਈ ਕਮੀ ਨਹੀਂ ਫਿਰ ਤੁਹਾਨੂੰ ਵਧੀਆ ਕਹਤਾ ਨਹੀਂ ਲੱਗਿਆ ਜੇ ਕਮੀ ਨਹੀਂ ਆਈ ਕੋਈ ਫਿਰ ਵੀ ਠੀਕ ਠੀਕ ਲੱਗਿਆ ਵਧੀਆ ਲੱਗਿਆ ਅੱਛਾ ਫਰੈਂਡ ਜੋ ਨਹੀਂ ਹੈ ਇਹ ਕਹਿੰਦੇ ਮੈਂ ਤਾਂ ਮਿੱਠੀ ਜਾਣ ਲੱਗੀ
ਬੋਲਣਾ ਜਾਇ ਸਾਨੂੰ ਤੀਜੇ ਆ ਕੇ ਬੋਲ ਜੋ ਹੈ ਆਪਾਂ ਇੱਕ ਬਹੁਤ ਵੱਡੀ ਬੇਵਕੂਫੀ ਵਾਲੀ ਗੱਲ ਕਰ ਆਪਾਂ ਨੇ ਨੋਟ ਨਹੀਂ ਕੀਤਾ ਆਪਾਂ ਗੱਡੀ ਕਿੱਥੇ ਪਾਰਕ ਕਰੀ ਆ ਅਤੇ ਹੁਣ ਆਪਾਂ ਲੱਭਦੇ ਫਿਰਦੇ ਹਾਂ ਬਟ 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 ਆਪਾਂ ਨੂੰ ਇੱਕ ਕਲਿਊ ਮਿਲਿਆ ਆਪਣੀ ਹੀ ਵੀਡੀਓ ਜਿਹੜੀ ਮੈਂ ਪਹਿਲਾਂ ਬਣਾ ਰਿਹਾ ਸੀਗਾ ਉਹ ਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੀ ਗੱਡੀ ਖੜੀ ਆ C45 'ਤੇ ਤਾਂ ਆਪਾਂ C45 ਲੱਭਦੇ ਹਾਂ C45 ਹੈਗਾ ਇੱਧਰ ਵਧੀਆ ਸੀ ਵਧੀਆ ਸੀ ਬਹੁਤ ਵਧੀਆ ਸਕੀਮ ਸੀਗੀ ਫਾਈਨਲੀ ਆਪਾਂ ਘਰ ਲੱਭ ਲਈ ਆ ਦੱਸਾਂ ਕਿੱਥੇ ਆ ਦੇਖੋ ਪਹੁੰਚ ਗਏ ਸੋ ਜੀ ਏਅਰਪੋਰਟ ਤੋਂ ਬਾਅਦ ਮੈਂ ਮਨੀ ਕਹਿੰਦਾ ਚਲੋ ਆਪਾਂ ਗੁਰਦੁਆਰੇ ਚੱਲਦੇ ਹਾਂ ਮੈਂ ਭੁੱਲੇ ਗਿਆ ਮੈਂ ਕੱਛਾ ਪਾਇਆ ਹੋਇਆ ਮਤਲਬ ਬਾਕਸਰ ਪਾਇਆ ਹੋਇਆ ਅਤੇ ਫਿਰ ਹੁਣ ਆਪਾਂ ਬੈਠੇ ਹਾਂ ਗੱਡੀ 'ਚ ਮਨੀ ਗਿਆ ਹੋਇਆ ਅੰਦਰ ਮੱਥਾ ਟੇਕਣ ਔਰ ਯੂ ਕੈਨ ਸੇ ਦੈਟ ਚਾਹ ਪੀਣ